ਅਸੀਂ ਕਹਿੰਦਾ ਕਹਿ ਦਿੰਦੇ ਕਿ ਇੰਟਰਟੇਨਮੈਂਟ ਹੈ, ਇੱਕ ਵਧੀਆ ਹੋ ਗਏ, ਪ੍ਰਚਾਰਕ ਹੋ ਗਏ, ਪੋਲੀਟੀਸ਼ੀਅਨ ਹੋ ਗਏ, ਔਰ ਸਾਡੇ ਸਮਾਜ ਦੇ ਬਾਬੇ ਹੋ ਗਏ ਜਿਹਨਾਂ ਨੂੰ ਅਸੀਂ ਬਾਬੇ ਕਹਿ ਕੇ ਨਿਵਾਜਦੇ ਹਾਂ। ਇਹ ਚਾਰੇ ਸ਼੍ਰੇਣੀਆਂ ਸਮਾਜ ਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਮੇਰੇ ਯਾਦ ਅੱਜ ਨਾ ਮੈਂ 2013 ਚੱਲਿਆ, ਉਦੋਂ ਮੈਂ ਮੁੰਦਰਾਂ ਪਾਈਆਂ ਤਾਂ ਬੜੇ ਸੱਜਣਾਂ ਨੇ ਮੈਨੂੰ ਦੇਖ ਕੇ ਮੁੰਦਰਾਂ ਪਾਈਆਂ, ਔਰ ਜਿੱਦੇ ਮੈਂ ਲਾਈਆਂ ਤਾਂ ਬੜੇ ਸੱਜਣਾਂ ਨੂੰ ਦੇਖ ਕੇ ਲਾਈਆਂ, ਕੁੜਤੇ ਪਜਾਮੇ ਪਾਏ ਤਾਂ ਬੜਿਆਂ ਨੇ ਦੇਖ ਕੇ ਲਾਲ ਪੀਲੇ ਹਰੇ ਕੁੜਤੇ ਪਜਾਮੇ ਪਾਉਣ ਲੱਗੇ, ਆ ਪੁੱਠਾ ਜਿਹਾ ਪਰਨਾ ਕਈ ਬੰਨਣ ਲੱਗੇ ਦੇਖ ਕੇ। ਔਰ ਅੱਜ ਕੱਲ੍ਹ ਜੀ ਕਹਿੰਦਾ ਕਿ ਹੁਣ ਬਾਲ ਨਾ ਕਟਾਈਏ, ਕੇਸ ਨਾ ਕਟਾਈਏ ਤਾਂ ਰੱਖ ਲਏ, ਤਾਂ ਬੜੇ ਸੱਜਣਾਂ ਐਸੇ ਮਿਲੇ ਜਿਹੜੇ ਕਹਿੰਦੇ ਯਾਰ ਹੁਣ ਤੂੰ ਨਹੀਂ ਕਟਾਈ, ਅਸੀਂ ਤਾਂ ਆਪ ਰੱਖ ਲਈ, ਅਸੀਂ ਤਾਂ ਆਪ ਰੱਖ ਲਈ, ਅਸੀਂ ਨਹੀਂ ਕਟਾਈ। ਮਾਫ ਕਰਨਾ, ਇਹ ਤਿੰਨ ਚਾਰ ਘਰ ਇਹੋ ਜਿਹੇ ਹੈ ਜਿਹਨਾਂ ਦੀ ਅੱਜ ਦੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਕਹਿੰਦੇ ਆ ਕਿ ਅਸੀਂ ਉਹਨਾਂ ਵਰਗੇ ਬਣ ਗਏ, ਪਰ ਅੱਜ ਕੱਲ੍ਹ ਕੁਛ ਹੋਰ ਹੀ ਚੱਲ ਰਿਹਾ ਕੰਮ ਕਰ ਲਿਆ, ਤਾਂ ਉੱਥੇ ਫਿਰ ਮਜਬੂਰੀ ਹੋ ਜਾਂਦੀ ਹੈ, ਤਾਂ ਫਿਰ ਉਹ ਸਾਰਾ ਕੁਛ ਸਾਡੇ ਨਿਆਣਿਆਂ ਦੇ ਕੰਨਾਂ 'ਚ ਪੈਂਦਾ, ਕੰਨਾਂ 'ਚ ਜੋ ਪੈਂਦਾ ਉਹ ਮੇਰੇ ਕਦੇ ਬੀਜ ਬਣ ਕੇ ਫੁੱਟੂਗਾ। ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਤਸੰਗ 'ਚ ਬਹਿ ਕੇ ਭਾਵੇਂ ਨਾ ਹੀ ਸੁਣ, ਕਦੇ ਨਾ ਕਦੇ ਉਹ ਬੋਲ ਜਿਹੜੇ ਅੰਦਰ ਗਏ ਆ ਮਾੜੇ ਮੋਟੇ ਉਹ ਕਦੇ ਨਾ ਕਦੇ ਵੀ ਬਣ ਕੇ ਫੁੱਟਣਗੇ, ਪਰ ਗੀਤ ਅਸੀਂ ਜਿੰਨਾ ਕਰਨਾ ਹੋਊਗਾ ਉਹਨਾਂ ਧਿਆਨ ਨਾਲ ਸੁਣਦੇ ਨੇ, ਤਾਂ ਉਹ ਬਾਬਾ ਕਦੇ ਨਾ ਕਦੇ ਉਹ ਬੀਜ ਬਣ ਕੇ ਉਹਨੇ ਵੀ ਫੁੱਟਣਾ ਹੀ ਹੈ। ਇਸ ਕਰਕੇ ਤਰਲੇ ਪਾਉਣੇ ਇਹਨਾਂ ਗੱਲਾਂ ਦੇ ਕਿ ਇਹ ਪਨੀਰੀ ਨੂੰ ਇਕੱਲੇ ਇਸ ਬੱਚੇ ਦੀ ਬਾਤ ਨਹੀਂ, ਕੋਈ ਹੋਰ ਵੀ ਸਾਰੇ ਮਾਂ ਬਾਪ ਬੈਠੇ ਹੋ, ਤੁਹਾਡੇ ਬੱਚੇ ਘਰ 'ਚ ਹੋਣਗੇ, ਕਈਆਂ ਦੇ ਪੋਤੇ ਪੋਤੀਆਂ ਹੋਣਗੇ, ਦੋਤੇ ਪੋਤੀਆਂ ਹੋਣਗੇ, ਚੰਗਾ ਹੀ ਸੁਣਾਓ। ਇਹਨਾਂ ਅੱਖਾਂ ਦਾ, ਇਹਨਾਂ ਕੰਨਾਂ ਦਾ, ਜ਼ਬਾਨ ਦਾ ਬੜਾ ਵੱਡਾ ਇਫੈਕਟ ਹੈ। ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਬਾਪੂ ਦੇ ਤਿੰਨ ਬਾਂਦਰ, ਅਰੇ ਤਿੰਨੇ ਬਾਂਦਰ ਭਾਈ ਨੂੰ ਕਹਿਣ ਤੋਂ ਬਾਅਦ ਅੱਖੀਆਂ ਵੇਖਣਾ ਨੱਚੀਆਂ ਬਹੁ ਰੰਗ ਤਮਾਸ਼ੇ, ਇਹ ਕੰਨ ਹੈ ਇਹ ਕਿਸੇ ਤੀਸਰੇ ਦੀ ਗੱਲ ਸੁਣਦਾ ਹੈ ਤਾਂ ਬੜਾ ਮਜ਼ਾ ਆਉਂਦਾ ਹੈ ਕਿ ਹਾਂ ਉਹ ਵੀ ਬਹੁਤ ਸੁਣਾ ਲੈਂਦਾ, ਔਰ ਜਦੋਂ ਰਿਐਕਸ਼ਨ ਆਉਂਦਾ ਤਾਂ ਫਿਰ ਆਪਣੇ ਵੱਲੋਂ ਰਿਐਕਸ਼ਨ ਵੀ ਜਾਂਦਾ, ਫਿਰ ਆਪਾਂ ਵੀ ਕੁਛ ਬੋਲਦੇ ਹਾਂ, ਫਿਰ ਆਪਾਂ ਵੀ ਬੋਲਦੇ ਹਾਂ ਕਿ ਹਾਂ ਭਾਈ ਹੋਏ, ਤਾਂ ਇਹ ਤਿੰਨ ਪੁਰਜੇ ਸਾਡੇ ਮਨ ਨੂੰ ਗੰਦਾ ਕਰੀ ਜਾਂਦੇ ਆ। ਤਾਂ ਇਸ ਕਰਕੇ ਕੀ ਸੱਭਿਆਚਾਰ ਬੜੇ ਬਾਹਰ ਵਿਦਵਾਨਾਂ ਨੇ ਕਿਹਾ ਕਿ ਕਿਸੇ ਵੀ ਪੁਰਖ ਦਾ ਸਾਨੂੰ ਸੱਭਿਆਚਾਰ ਦੱਸ ਦਿਓ, ਉੱਥੋਂ ਦੇ ਗਾਉਣ ਵਾਲੇ ਗੀਤ ਕਿਸ ਤਰ੍ਹਾਂ ਦੇ ਗਾਉਂਦੇ ਆ, ਅਸੀਂ ਲੋਕਾਂ ਦਾ ਹਿਸਾਬ ਕਿਤਾਬ ਦੱਸਦਾ ਕਿਉਂਕਿ ਲੋਕਾਂ ਦਾ ਮੈਂਟਲ ਸੈਟਅਪ ਚੇਤਨਾ ਕਿੱਥੇ ਵੀ ਖੜੀ ਜਾਂਦਾ, ਗੀਤਾਂ ਤੋਂ ਪਤਾ ਲੱਗ ਜਾਂਦਾ ਗੀਤਾਂ ਤੋਂ। ਤਾਂ ਇਹ ਕੋਈ ਛੋਟਾ ਮੋਟਾ ਫੀਲਡ ਨਹੀਂ ਹੈ, ਇਹ ਮਿਊਜ਼ਿਕ, ਇਹ ਸੰਗੀਤ, ਇਹ ਬੜੀ ਵੱਡੀ ਗੱਲ ਹੈ।